ਕੀੜੀ ਇੰਨੀ ਸੀ ਉਹਨਾਂ ਦੀ ਮੇਰਾ ਨਾਮ ਭਾਜੀ ਸਰ ਕੀ ਗੱਲ ਹੋਈ ਜੀ ਗਲੀ ਆਪਾਂ ਰੋਟੀ ਖਾ ਕੇ ਹਟੇ ਹਾਂ ਆਵਾਜ਼ ਆਈ ਸਾਨੂੰ ਕਿ ਕੋਈ ਨੁਕਸਾਨ ਨਹੀਂ ਤਾਂ ਕਿ ਟੁੱਟਿਆ ਕੁਛ ਆ ਕੇ ਦੇਖਿਆ ਗੱਡੀਆਂ ਦੇ ਸ਼ੀਸ਼ੇ ਕਰਦੇ 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 ਘੱਟੋ ਘੱਟ 20 ਬਾਈ ਗੱਡੀਆਂ ਸਾਡੇ ਭੱਲੇ ਹੀ ਟੁੱਟ ਗਈਆਂ ਕੌਣ ਸੀਗੇ ਯੁਵਕ ਦੇਖਣ 'ਚ ਕੀ ਸੀ ਕਾਤੇ ਸੀਗੇ ਕੀ ਪਤਾ ਲੱਗੇ ਕੈਮਰੇ ਦੇਖੀਏ ਜੀ ਉਹ 'ਚ ਉਹੀ ਆਏ ਨੇ ਸਿਰਫ ਮੋਟਰਸਾਈਕਲ ਦਿਖਿਆ ਫੰਦੇ ਵੀ ਆਪਣੇ ਆਪ ਨੂੰ ਕੀ ਸੇਫ ਮਹਿਸੂਸ ਕਰ ਰਹੇ ਹੋ ਜੀ ਕਦੀ ਵੀ ਨਹੀਂ ਬਿਲਕੁਲ ਵੀ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਅਸੀਂ ਕੀ ਮੰਗ ਕਰ ਸਕਦੇ ਦੇਖੋ ਜੀ ਤੁਹਾਡੇ ਵੀ ਪ੍ਰੈਸ ਪਹਿਲਾਂ ਆ ਗਈ ਸਭ ਤੋਂ ਪ੍ਰੈਸ ਨੂੰ ਫੋਨ ਵੀ ਨਹੀਂ ਕਰਨ ਦੀ ਲੋੜ ਪਈ ਇੱਕ ਦੱਸਿਆ ਅਤੇ 2 ਜਾਂ 5 ਮਿੰਟ ਦੇ ਵਿੱਚ ਪਹੁੰਚ ਗਈ ਹੈ ਅਤੇ ਸਾਡੇ ਕੋਲ ਪੁਲਿਸ ਆ ਰਹੀ ਹੈ ਘੱਟੋ ਘੱਟ ਅੱਧੇ ਘੰਟੇ ਬਾਅਦ ਕੀ ਉਹਨੂੰ ਕਰ ਲਾਂਗੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਨਸਾਫ ਮਿਲੇਗਾ ਇਸ ਚੀਜ਼ ਉੱਤੇ ਮੁਸ਼ਕਲ ਹੈ ਜੀ ਇਨਸਾਫ ਮਿਲੇਗਾ ਜੀ ਐਪਰੀਸ਼ੀਏਟ ਕਰਾਂਗੇ ਪੁਲਿਸ ਨੂੰ ਕਿ ਠੀਕ ਹੈ ਜੀ ਬਸ਼ੀਰਪੁਰ ਦੀ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ ਅਤੇ ਜਿੱਦਾਂ ਤੁਸੀਂ ਲੋਕਾਂ ਨੇ ਕੰਮ ਕੀਤਾ ਉਸ ਤਰੀਕੇ ਨਾਲ ਅਸੀਂ ਐਪਰੀਸ਼ੀਏਟ ਕਰਾਂਗੇ ਜੇ ਨਹੀਂ ਹੋਏਗਾ ਤਾਂ ਫਿਰ ਸਭ ਨੂੰ ਪਤਾ ਹੀ ਹੈ ਕੀ ਹੋਏਗਾ ਹਾਂਜੀ ਰਾਤ ਨੂੰ ਕੋਈ ਵਾਰਦਾਤ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਰੀਡਰ ਹੈਗਾ ਸੱਚੋ ਰਾਮਾ ਮੰਡੀ ਥਾਣੇ ਤੋਂ ਜਲੰਧਰ ਤੋਂ ਇਹ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਕੋਈ ਸ਼ਰਾਰਤੀ ਅਨਸਰਾਂ ਨੇ ਆਪਣੇ ਕਮਲ ਵਿਹਾਰ ਦੇ ਵਿੱਚ ਅਤੇ ਬਸ਼ੀਰਪੁਰੇ ਦੇ ਵਿੱਚ ਕੁਛ ਜਿਹੜੀ ਗੱਡੀਆਂ ਦੀ ਹੈਗੀ ਆ ਭੰਨ ਤੋੜ ਕੀਤੀ ਸੀਗੀ ਜਿਸ ਸੰਬੰਧੀ ਸਾਡੇ ਡਿਊਟੀ ਅਫਸਰ ਸੀਗੇ ਏਐਸਸੀ ਸੋਮਨਾਥ ਅਤੇ ਜਰਮਨਜੀਤ ਉਹ ਇਹ ਮੌਕੇ 'ਤੇ ਜਾ ਕੇ ਇਹਨਾਂ ਨੇ ਸਾਰੇ ਉੱਤੇ ਵੈਰੀਫਾਈ ਕੀਤਾ ਅਤੇ ਇਹਨਾਂ ਨੇ CCTV ਆਲੇ ਦੁਆਲੇ ਤੋਂ ਜਿਹੜੀ ਆ CCTV ਹਾਸਲ ਕੀਤੀ ਹੈ ਅਤੇ CCTV ਲੈ ਲਈ ਗਈ ਆ ਅਤੇ ਜਿਹੜੇ ਇਹਨਾਂ ਦੋਸ਼ੀਆਂ ਦੇ ਖਿਲਾਫ ਹੈਗੇ ਆ ਸ਼ਰਾਰਤੀ ਅਨਸਰ ਦੇ ਖਿਲਾਫ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ